ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ। ਔਰ ਅੱਜ ਈਦ ਦਾ ਜਿਹੜਾ ਦੂਸਰਾ ਦਿਨ ਆ, ਔਰ ਅੱਜ ਵਲਾਗ ਬਣਾਉਣ ਨੂੰ ਜਿਹੜਾ ਦਿਲ ਤਾਂ ਨਹੀਂ ਕਰ ਰਿਹਾ ਸੀ, ਲੇਕਿਨ ਜਿਹੜਾ ਮੈਂ ਫਿਰ ਵੀ ਜਿਹੜਾ ਵਲਾਗ ਜਿਹੜਾ ਕੋਈ 2-3 ਮਿੰਟ ਦਾ ਜਿਹੜਾ ਬਣਾ ਕੇ ਅਪਲੋਡ ਜਿਹੜਾ ਕਰ ਦਿੰਦੇ ਹਾਂ, ਕਿਉਂਕਿ ਬੰਦਿਆਂ 'ਚ ਇੰਨਾ ਸ਼ਰਮ ਜਿਹੜਾ ਬਿਲਕੁਲ ਹੀ ਜਿਹੜਾ ਖਤਮ ਹੋ ਗਈ ਆ। ਕਿਉਂਕਿ ਤਕਰੀਬਨ ਜਿਹੜਾ ਦੁਪਹਿਰ ਦੇ 3-1 ਦਾ ਜਿਹੜਾ ਟਾਈਮ ਸੀ, ਬੇਗਮ ਬੱਚੇ ਜਿਹੜਾ ਦੁਪਹਿਰ ਟਾਈਮ ਜਿਹੜਾ ਰੈਸਟ ਕਰ ਰਹੇ ਸੀ, ਦੁਕਾਨ 'ਤੇ ਜਿਹੜਾ ਮੈਂ ਇਕੱਲਾ ਸੀ, ਅਤੇ ਮੈਂ ਵੀ ਜਿਹੜਾ ਗਲਤੀ ਥੋੜ੍ਹੀ ਬਹੁਤੀ ਜਿਹੜਾ ਕਰ ਬੈਠਾ, ਕਿਉਂਕਿ ਜਿਹੜਾ ਮੈਂ ਪਹਿਲੇ ਤਾਂ ਜਿਹੜਾ ਲਾ ਕੇ ਜਿਹੜਾ ਗੱਲੇ ਨੂੰ ਜਿਹੜਾ ਚਲਾ ਜਾਂਦਾ ਸੀ, ਅਗਰ ਜਿਹੜਾ ਘਰੇ ਜਿਹੜਾ ਜਾਣਾ ਹੁੰਦਾ ਸੀ, ਲੇਕਿਨ ਮੈਂ ਵਾਸ਼ਰੂਮ ਤੱਕ ਜਿਹੜਾ ਗਿਆ। ਬਾਕੀ ਪੈਸੇ ਤਾਂ ਜਿਹੜਾ ਮੈਂ ਨਾਲ ਹੀ ਜਿਹੜਾ ਮਤਲਬ ਕਿ ਬਟੂਏ ਦੇ ਵਿੱਚ ਜਿਹੜਾ ਕੋਈ 1,500 ਵਾਲਾ ਨੋਟ ਹੋਵੇ ਤਾਂ ਬਟੂਏ ਦੇ ਵਿੱਚ ਜਿਹੜਾ ਪਾ ਲੈਂਦਾ, ਕਿਉਂਕਿ ਈਦ ਦਾ ਜਿਹੜਾ ਮੌਕਾ ਸੀ ਨਾ, ਅਤੇ 10 ਵਾਲੇ 20 ਵਾਲੇ ਅਤੇ 150 ਵਾਲੇ ਜਿਹੜਾ ਕਾਫੀ ਸਾਰੇ ਜਿਹੜਾ ਇਕੱਠੇ ਹੋ ਗਏ ਸੀ, ਫਿਰ ਉਹ ਜਿਹੜਾ ਜੇਬ ਵਿੱਚ ਜਿਹੜਾ ਮੈਂ ਪਾ ਨਾ ਸੁ ਸਕਦਾ, ਫਿਰ ਉਹ ਗੱਲੇ 'ਚ ਪਿਆ ਸੀ। ਤਕਰੀਬਨ ਜਿਹੜਾ 8,000-8,500 ਰੁਪਏ ਜਿਹੜਾ 100 ਵਾਲੇ ਅਤੇ 50 ਵਾਲੇ ਸੀ ਇਕੱਠੇ ਜਿਹੜਾ ਰਬੜ ਲਾ ਕੇ ਜਿਹੜਾ ਰੱਖੇ ਹੋਏ ਸੀ। ਤਕਰੀਬਨ ਜਿਹੜਾ 3-4 ਕਾਪੀਆਂ ਜਿਹੜੀਆਂ ਦੂਸਰੀਆਂ ਬਣਾ ਕੇ ਜਿਹੜਾ ਮੈਂ ਰੱਖੇ ਸੀ, ਐਵੇਂ ਜਿਹੜੀਆਂ ਗਿਣੀਆਂ ਹੋਈਆਂ ਜਿਹੜੀਆਂ ਕੋਈ ਨਹੀਂ ਸੀ, ਕੋਈ 1,000 ਸੀ, ਕੋਈ 1,000 ਤੋਂ ਵੱਧ ਸੀ, ਉਵੇਂ ਜਿਹੜੀਆਂ ਬਣਾ ਕੇ ਜਿਹੜੀਆਂ ਮੈਂ ਰੱਖ ਦਿੱਤੀਆਂ ਸੀ। ਅਤੇ ਮੈਂ ਜਿਹੜਾ ਵਾਸ਼ਰੂਮ 'ਤੇ ਕਰੀਆਂ ਤਕਰੀਬਨ ਜਿਹੜਾ ਕੋਈ 4-5 ਮਿੰਟ ਹੀ ਜਿਹੜੇ ਲੱਗੇ ਨੇ, ਅਤੇ ਵਾਪਸੀ ਮੁੜ ਕੇ ਜਿਹੜਾ ਮੈਂ ਆਇਆ ਅਤੇ ਗੱਲਾਂ ਜਿਹੜਾ ਚੈੱਕ ਕੀਤਾ, ਅਤੇ ਨਾ ਹੀ ਜਿਹੜਾ 100-50 ਵਾਲੇ ਜਿਹੜਾ ਪਏ ਹੋਏ ਸੀ, ਅਤੇ ਨਾ ਹੀ ਜਿਹੜਾ 10-20 ਵਾਲੇ ਜਿਹੜਾ ਪਏ ਹੋਏ ਸੀ। ਅਤੇ ਯਕੀਨ ਮੰਨ ਜਾਓ, ਅੱਲਾ ਇਨਸ਼ਾਅੱਲਾ ਜਿਹੜਾ ਰਿਜ਼ਕ ਦੇਣ ਵਾਲਾ ਜਿਹੜਾ ਅੱਲਾ, ਅਤੇ ਇਹਨਾਂ ਬੰਦਿਆਂ ਦਾ ਜਿਹੜਾ ਕੁਛ ਵੀ ਨਹੀਂ ਜਾਣਾ, ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੰਦੂਰ ਜਿਹੜੇ ਗਏ ਸੀ, ਅੱਲਾ ਪਾਕ ਦਾ 1,00,000 ਸ਼ੁਕਰ ਹੈ, ਅੱਲਾ ਪਾਕ ਨੇ ਮੈਨੂੰ ਉਸ ਨਾਲ ਜਿਹੜਾ ਡਬਲ ਜਿਹੜਾ ਦੇ ਦਿੱਤੇ ਸੀ। ਮੈਂ ਆਪਣੀ ਮਿਹਨਤ ਜਿਹੜਾ ਜਾਰੀ ਰੱਖਾਂਗਾ, ਲੇਕਿਨ ਜਿਹੜਾ ਨਾ ਹੀ ਕੋਈ ਉੱਤੋਂ ਦਾ ਜਿਹੜਾ ਕੋਈ ਚੋਰ ਲੈ ਜਾਂਦਾ, ਨਾ ਹੀ ਕੋਈ ਇੱਥੋਂ ਜਿਹੜਾ ਪਿੰਡ ਦੇ ਹੀ ਹਨ, ਆਂਢ ਗੁਆਂਢ ਦੇ ਨਹੀਂ ਹੈ, ਜਦੋਂ ਉਹਦੇ ਵੀ ਹਨ ਅਤੇ ਜਾਣਨ ਵਾਲੇ ਹਨ, ਵੀ ਦੇਖ ਵੀ ਰਿਹਾ ਸੀ ਉਹ ਕਿ ਮਤਲਬ ਕਿ ਹੁਣ ਜਿਹੜਾ ਘਰ ਚਲਾ ਗਿਆ, ਸਾਰਾ ਕੁਝ ਜਾਣਦਾ, ਮਤਲਬ ਜਿਹੜਾ ਘਰ ਗਿਆ ਨੂੰ 2-4 ਮਿੰਟ ਜਿਹੜਾ ਲੱਗ ਜਾਂਦੇ ਨੇ, ਗੱਲਾਂ ਉਹਨੇ ਦੇਖਿਆ ਅਤੇ ਵੇਖਿਆ ਉਹਨੇ ਕਿ ਪੈਸੇ ਜਿਹੜਾ ਪੈਣ, ਉਹਨੇ ਪੈਸੇ ਜਿਹੜਾ ਚੱਕ ਲਏ। ਕਿ ਵੇਖੋ, ਮੈਂ ਇਸ ਚੀਜ਼ ਦਾ ਜਿਹੜਾ ਸਮਝਣ ਕਿ ਮਹੀਨੇ ਦਾ ਇੰਤਜ਼ਾਰ ਕਰ ਰਿਹਾ ਵੀ ਕੀ ਦਲ ਦਿਨ ਜਿਹੜਾ ਪੋਤਨਾ ਵੀ ਕਹਿਣਗੇ ਅੱਛੇ ਖਾਸੀ, ਇਕੱਲਾ ਪਾਲ ਦਾ 1,00,000 ਸ਼ੁਕਰ ਆ, ਠੀਕ ਠਾਕ ਜਿਹੜਾ ਸੇਲ ਵੀ ਜਿਹੜਾ ਹੋ ਗਈ ਆ। ਅਤੇ ਲੇਕਿਨ ਜਿਹੜਾ ਜਿਤਨਾ ਕਿ ਸਮਝ ਲਓ ਕਿ ਮੇਰਾ ਮੁਨਾਫਾ ਇੰਨਾ ਕਿੱਥੇ ਜਿਹੜਾ ਬੱਚੇ ਆਉਣਾ, ਜਿਤਨਾ ਸਮਝ ਲਓ ਮੋੜ ਵੀ ਗਿਆ ਵਿਆਜ, ਕਿਉਂਕਿ ਮੈਂ ਇਹ ਸੋਚਿਆ ਸੀ ਕਿ ਮੈਂ ਆਖੇ ਯਾਦ ਕਰੂੰ ਘਰ ਦੀ ਜਿਹੜਾ ਸੋਲਰ ਪਲੇਟ ਇੱਕ ਜਿਹੜਾ ਪੱਖਾ ਲੈ ਲਵਾਂਗੇ ਪਰਲੇ ਕਮਰੇ ਦਾ, ਤਾਂ ਕਿ ਜਿਹੜਾ ਗਰਮੀ ਤੋਂ ਜਿਹੜਾ ਟੈਨਸ਼ਨ ਨਹੀਂ ਹੋਵੇਗੀ, ਬੱਚਿਆਂ ਨੂੰ ਲਾਈਟ ਜਿਹੜਾ ਚਲੀ ਜਾਂਦੀ ਹੈ ਤਾਂ ਪਰੇਸ਼ਾਨੀ ਵਗੈਰਾ ਜਿਹੜਾ ਨਾ ਹੋਵੇਗੀ। ਅਤੇ ਜਾਂ ਫਿਰ ਜਿਹੜਾ ਗੇਟ ਜਿਹੜਾ, ਜਿਵੇਂ ਸਾਰੇ ਮੇਰੇ ਵਲਾਗਾਂ ਜਿਹਨੇ ਦੇਖਿਆ ਸੀ ਕਿ ਗੇਟ ਦਾ ਕੰਮ ਜਿਹੜਾ ਇਹ ਜਿਹੜਾ ਮਤਲਬ ਕਰਵਾ ਲਵਾਂਗਾ, ਈਦ 'ਤੇ ਜਿਹੜਾ ਪ੍ਰੋਫਿਟ ਵਗੈਰਾ ਆਵੇਗੀ, 1,000-1,00,000 ਸਿਖਾ ਕੇ 12-13,000 ਦੀ ਕੋਈ ਸੀਮਿੰਟ ਵਗੈਰਾ ਲਿਆ ਕੇ ਅਤੇ ਗੇਟ ਜਿਹੜਾ ਇਹ ਉੱਚਾ ਕਰਵਾ ਲਵਾਂਗਾ। ਲੇਕਿਨ ਤਕਰੀਬਨ ਹੁਣ ਟਾਈਮ ਜਿਹੜਾ ਹੋ ਰਿਹਾ 6 ਦਾ, ਮੈਂ ਉਸ ਟਾਈਮ ਦਾ ਜਿਹੜਾ ਵਧੀਆ ਹੋਇਆ ਦੁਕਾਨ ਵੀ ਜਿਹੜਾ ਘੰਟਾ ਡੇਢ ਜਿਹੜਾ ਬੰਦ ਰੱਖੀ ਆ। ਅਤੇ ਲੇਕਿਨ ਜਿਹੜਾ ਕਿਸੇ ਕਿਸਮ ਦਾ ਕੋਈ, ਸਾਰੇ ਘਰ ਜਿੰਨੇ ਸੀ ਆਂਢ ਗੁਆਂਢ ਨੂੰ 5-6 ਘਰਾਂ ਨੂੰ ਜਿਹੜਾ ਪਤਾ ਕੀਤਾ ਕਿ ਕਿਸੇ ਨੇ ਮੈਂ ਮੇਰੀ ਗੈਰ ਮੌਜੂਦਗੀ ਦੇ ਵਿੱਚ ਤੁਸੀਂ ਜਿਹੜਾ ਦੇਖਿਆ ਹੋਵੇ ਦੁਕਾਨ 'ਚ ਕੋਈ ਬੰਦਾ ਵੜਦਾ ਜਾਂ ਗੱਲਬਾਤ। ਲੇਕਿਨ ਜਿਹੜਾ ਹੁਣ ਮੈਂ ਸਭ ਤੋਂ ਪਹਿਲੇ ਜਿਹੜਾ ਕਰਨ ਲੱਗਿਆ ਕਿ ਸੁਬਾਹ ਤੋਂ ਇਸ ਸ਼ਾਇਦ ਬੰਦ ਹੋਵੇਗਾ, ਪਰਸੋਂ ਜਿਹੜਾ ਹਰ ਹਾਲ ਜਿਹੜਾ ਕੈਮਰਾ ਲੈ ਕੇ ਜਿਹੜਾ ਆਉਣਾ ਦੁਕਾਨ ਦੇ ਅੰਦਰ, ਜਿਹੜਾ ਕੈਮਰਾ ਲਾਉਣਾ ਅਤੇ ਦੁਕਾਨ ਦੇ ਬਾਹਰ ਵੀ ਜਿਹੜਾ ਕੈਮਰਾ ਲਾਉਣਾ। ਅਗਰ ਅੱਜ ਕੈਮਰਾ ਲੱਗਿਆ ਹੋਇਆ ਹੁੰਦਾ ਅਤੇ ਬੰਦਾ ਜਿਹੜਾ ਫੜਿਆ ਜਾਣਾ ਸੀ, ਮੈਂ ਤੰਦੂਰਾਂ ਦੇ ਪੈਸੇ ਵੀ ਉਹਦੇ ਕੋਲ ਲਵਾਂ ਸੀ ਜਿਹੜੇ ਮੇਰੇ ਤੰਦੂਰ ਚੋਰੀ ਹੋਏ, ਅਤੇ ਅੱਜ ਜਿਹੜੇ ਪੈਸੇ ਜਿਹੜਾ ਮੈਂ ਇਹ ਵੀ ਲੈਂਦਾ। ਲੇਕਿਨ ਬੰਦਾ ਇਨਸ਼ਾਅੱਲਾ ਜਿਹੜਾ ਮੈਂ ਲੱਭਾਂਗਾ ਸਹੀ, ਕਿਉਂਕਿ ਇਹ ਤਾਂ 100% ਜਿਹੜਾ ਮੈਨੂੰ ਪਤਾ ਕਿ ਉੱਪਰ ਜਾਣਾ ਨਹੀਂ ਹੋ ਸਕਦਾ, ਸ਼ਾਇਦ ਹੋ ਵੀ ਸਕਦਾ, ਕਿਉਂਕਿ ਕਹਿੰਦੇ ਇੰਨਾ ਸਿਆਣੇ ਕਿ ਵੀ ਇਮਾਨ ਕਿੱਥੇ, ਸ਼ੈ ਕਿੱਥੇ ਹੁੰਦੀ ਆ, ਬੰਦਾ ਸ਼ੱਕ ਕਿੱਥੇ ਕਰੀ ਜਾਂਦਾ ਹੁੰਦਾ ਅਤੇ ਸ਼ੈ ਹੁੰਦੀ ਕਿੱਥੇ ਆ। ਲੇਕਿਨ ਮੇਰੀ ਚੀਜ਼ ਦੇਖ ਕੇ ਇੰਨਾ ਚੱਕੀ ਗਈ ਨੇ, ਇਸ ਵਾਸਤੇ ਜਿਹੜਾ ਮੇਰੇ ਨਜ਼ਰ ਇੱਕ ਹਰ ਬੰਦਾ ਹੀ ਜਿਹੜਾ ਚੋਰ ਆ, ਐਵੇਂ ਗੱਲ ਆ। ਅਤੇ ਮੈਂ ਕੋਈ ਇਹ ਨਹੀਂ ਕਹਿ ਸਕਦਾ, ਹੋ ਸਕਦਾ ਕੋਈ ਮੁਸਾਫਿਰ ਆਇਆ ਹੋਵੇ, ਉਹਨੇ ਵਿਹਲੀ ਦੁਕਾਨ ਜਿਹੜਾ ਦੇਖੀ ਹੋਵੇ, ਕਿਉਂਕਿ ਈਦ ਦਾ ਰਸ਼ ਆ, ਲੰਘੇ ਟੱਪੇ ਮੁਸਾਫਿਰ ਜਿਹੜਾ ਬੋਤਲਾਂ ਜਾਂ ਕੋਈ ਨਾ ਕੋਈ ਚੀਜ਼ ਜਿਹੜਾ ਮੇਰੇ ਕੋਲ ਜਿਹੜਾ ਲੈਣ ਵਾਸਤੇ ਜਿਹੜਾ ਆ ਰਹੇ ਨੇ,
ਹੋ ਸਕਦਾ ਉਹਨੇ ਦੁਕਾਨ ਖਾਲੀ ਦੇਖੀ ਹੋਵੇ, ਮੁਸਾਫਿਰ ਲੈ ਗਏ ਹੋਵੇ, ਲੇਕਿਨ ਫਿਲਹਾਲ ਜਿਹੜਾ ਮੇਰਾ ਜਿੱਥੇ ਜ਼ਿਹਨ ਕੰਮ ਕਰਦਾ ਕਿ ਇੰਝ ਫੌਰੀ ਤੌਰ ਜਿਹੜਾ ਕਿਉਂਕਿ ਆਵਿਆ ਮੁਸਾਫਿਰ ਇੰਝ ਵੀ ਜਿਹੜਾ ਆਣ ਜੱਕ ਹੋ ਕੇ ਜਿਹੜਾ ਕੋਈ ਵੀ ਕੋਈ ਚੀਜ਼ ਨਹੀਂ ਚਾਹੁੰਦਾ, ਉੱਪਰਲਾ ਬੰਦਾ ਕਿਧਰੇ ਵੀ ਜਿਹੜਾ ਬੰਦਾ ਜਾਂਦਾ ਕਿਸੇ ਹੋਰ ਸ਼ਹਿਰ 'ਚ ਨਹੀਂ ਦਿਲ ਕਰਦਾ ਕਿਸੇ ਨੂੰ ਕੋਈ ਸ਼ਾਇਦ ਪਈ ਹੋਵੇ ਜਾਂ ਬੰਦੇ ਜਵਾਕ ਜਾਵੇ ਆਣ ਜੀ ਜੱਕ ਹੋ ਕੇ ਜਿਹੜਾ ਲੋਕ ਆਪਣਾ ਹੀ ਲੱਗਦਾ ਜਿਹੜਾ ਆਇਆ ਹੋਵੇ ਵੀ ਜਿਹਦੀ ਵਜ੍ਹਾ 'ਤੇ ਜਿਹੜਾ ਕੰਮ ਹੋਇਆ। ਬੇਗਮ ਜਿਹੜੇ ਅੰਦਰ ਬੈਠੀ ਹੈ ਕਿਉਂਕਿ ਉਹ ਸਾਹਮਣੇ ਦੁਕਾਨ ਵਾਲੇ ਜਿਹੜੇ ਨਾ ਗਾਰਦ ਜਿਹੜੇ ਨਾ ਆਏ ਉਹਨੇ ਵੀ ਇਸ ਤਰ੍ਹਾਂ ਜਿਹੜੇ ਨਾ ਪੈਸੇ ਜਿਹੜੇ ਨਾ ਯਾਦ ਉਹਨੇ ਜਿਹੜੇ ਦੁਕਾਨ 'ਚ ਚੱਕੇ ਜਾਣ ਫਿਰ ਆਂਢ ਗੁਆਂਢ ਜਿਹੜੇ ਨਾ ਅਫਸੋਸ ਵਾਸਤੇ ਜਿਹੜੇ ਨਾ ਆ ਜਾਂਦਾ ਕਿਉਂਕਿ ਇਸੇ ਤਰ੍ਹਾਂ ਜਿਹੜੇ ਨਾ ਇਹੀ ਹੁੰਦਾ ਭਾਈਚਾਰਾ ਹੀ ਹੁੰਦਾ ਵੀ ਇੱਕ ਦੂਸਰੇ ਦਾ ਜਿਹੜੇ ਨਾ ਅਹਿਸਾਸ ਜਿਹੜੇ ਨਾ ਇਹ ਕਰਨਾ ਇਸ ਕਰਕੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਪਤਾ ਲੱਗਿਆ ਵੀ ਇਸੇ ਤਰ੍ਹਾਂ ਜਿਹੜੇ ਨਾ ਇਹਨਾਂ ਦੀ ਚੋਰੀ ਹੋਈ ਪੈਸੇ ਜਿਹੜੇ ਨਾ ਚੱਕੇ ਗਏ ਉਹ ਫਿਰ ਜਿਹੜੇ ਨਾ ਕਾਫੀ ਸਾਰੇ ਪਹਿਲੇ ਦਿਨ 3-4 ਮਾਈਓ ਸਾਹਮਣੇ ਘਰ ਵਾਲੇ ਜਿਹੜੇ ਨਾ ਆਏ ਜਿਵੇਂ ਕਿ ਕੋਈ ਬੰਦੇ ਇੱਥੇ ਮੇਰੇ ਕੋਲ ਜਿਹੜੇ ਨਾ ਆ ਜਾਂਦੇ ਕਿ ਮਾਈਆਂ ਆ ਜਾਵੇ ਅਤੇ ਅੰਦਰ ਜਿਹੜੇ ਨਾ ਚਲੇ ਜਾਂਦੇ ਅਤੇ ਮੈਂ ਵੀ ਜਿਹੜੇ ਨੁਮਾਨ ਬੋਤਲ ਦੇ ਨਾ ਮਹਿਮਾਨਾਂ ਕਿਉਂਕਿ ਫਿਰ ਜਿਹੜੇ ਨਾ ਆ ਜਾਵਣ ਫਿਰ ਜਿਹੜਾ ਪਾਣੀ ਤੁਹਾਨੂੰ ਜਿਹੜੇ ਨਾ ਪਵਾਉਣਾ ਹੀ ਪੈਂਦਾ ਨਾ ਅਤੇ ਬਾਕੀ ਜਿਹੜੇ ਨਾ ਅਸੀਂ ਜਿਹੜੇ ਦੁਪਹਿਰ ਟਾਈਮ ਜਿਹੜੇ ਨਾ ਚਾਵਲ ਜਿਹੜੇ ਨਾ ਬਣਾਏ ਸੀ ਚਾਵਲ ਪੱਕੇ ਚਾਵਲ ਉੱਥੇ ਜਿਹੜੇ ਨਾ ਪੈ ਨਾਲ ਕਰ ਜਿਹੜੇ ਨਾ ਚਾਵਲ ਦੀ ਇੱਕ ਚਮਚੀ ਵੀ ਜਿਹੜੀ ਨਾ ਨਹੀਂ ਖਾਧੀ ਆ ਅਤੇ ਇਨਸ਼ਾਲਾ ਜਿਹੜਾ ਇਹ ਕੰਮ ਜਿਹੜੇ ਨਾ ਕੀਤਾ ਨਾ ਉਹਨਾਂ ਕੋਲ ਕੁਛ ਨਹੀਂ ਹੋਣਾ। ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ ਮੇਰੇ ਕੋਲ ਨਾ ਪਹਿਲੇ ਕਿਸੇ ਚੀਜ਼ ਦੀ ਕਮੀ ਆਈ ਅਤੇ ਨਾ ਅੱਗੇ ਕਿਸੇ ਚੀਜ਼ ਦੀ ਕਮੀ ਅੱਲਾ ਸੁਣਨ ਦੇਣੀ ਹੈ ਇਨਸ਼ਾਲਾ। ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ। ਅਗਰ ਜੇ ਇੱਥੋਂ ਕਿਸੇ ਲੱਗਦੇ ਨੇ ਮੇਰੇ ਜਿਹੜੇ ਨਾ ਚਾਹੇ ਤਾਂ ਵਲਾਗ ਤਾਂ ਜਿਹੜੇ ਨਾ ਤੂੰ ਲਾਜ਼ਮੀ ਹਰ ਹਾਲ ਹੈ ਜਿਹੜੇ ਨਾ ਦੇਖ ਰਿਹਾ ਹੋਵੇਗਾ ਅਤੇ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ। ਤੇਰੇ ਕੋਲ ਕੁਛ ਨਹੀਂ ਹੋਣਾ, ਮੇਰੇ ਕੋਲ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ। ਨਾ ਕੋਈ ਸ਼ਾਇਦ ਮੁੱਕੀ, ਅੱਲਾ ਦਾ ਲੱਖ ਲੱਖ ਸ਼ੁਕਰ ਆ ਅਤੇ ਨਾ ਹੀ ਕੋਈ ਮੁੱਕਣੀ ਆ। ਅੱਲਾ ਪਾਕ ਨੇ ਮੈਨੂੰ ਮਜ਼ੀਦ ਤਰੱਕੀਆਂ ਦਿੱਤਾ ਦੇਣੀਆਂ ਨੇ। ਇਹ ਜਿਹੜਾ ਇਹੋ ਜਿਹੇ ਜਿਹੜਾ ਕੰਮ ਕਰਦੇ ਨਾ ਉਹਨਾਂ ਕੋਲ ਕੁਛ ਨਹੀਂ ਹੁੰਦਾ। ਔਰ ਜੀ ਮੈਂ ਵੀ ਘਰੇ ਜਿਹੜੇ ਨਾ ਆ ਗਏ ਔਰ ਮਹਿਮਾਨ ਜਿਹੜੇ ਨਾ ਸਾਡੇ ਚਲੇ ਗਏ ਔਰ ਗਲਾਸ ਇੱਥੇ ਹੀ ਜਿਹੜਾ ਪਿਆ ਅਤੇ ਬੋਤਲ ਔਰ ਬੇਗਮ ਹੀ ਜਿਹੜੇ ਨਾ ਮਿੱਟੀ ਜਿਹੜੀ ਨਾ ਗੋਈ ਆ ਔਰ ਇੱਕ ਤੰਦੂਰ ਜਿਹੜੇ ਨਾ ਲਿੰਬਿਆ ਸੀ ਅਤੇ ਫਿਰ ਜਿਹੜੇ ਨਾ ਆ ਗਏ ਮਹਿਮਾਨ ਔਰ ਹਲੀਮਾ ਸਾਹ ਦੀ ਫੀਡਰ ਵੀ ਇੱਥੇ ਜਿਹੜੇ ਨਾ ਸਾਟ ਗਈ ਔਰ ਮਿੱਟੀ ਜਿਹੜੀ ਨਾ ਸੁਬਹ ਘੁੱਟ ਕੇ ਬਹੀ ਆ ਸਵੇਰੇ ਇੱਕ ਤੰਦੂਰ ਜਿਹੜੇ ਲਿੰਬ ਲਿਆ। ਮੈਂ ਅੱਜ ਸਾਰੀ ਜਿਹੜੀ ਨਾ ਸਾਫ਼ ਸਫਾਈ ਵਗੈਰਾ ਜਿਹੜੀ ਨਾ ਕਰਨੀ ਆ ਘਰ ਦਾ ਕਾਫੀ ਸਾਰਾ ਕੰਮ ਵਗੈਰਾ ਸੀ ਲੇਕਿਨ ਜਿਹੜੇ ਨਾ ਕੋਈ ਟੈਨਸ਼ਨ ਇੰਨੀ ਜ਼ਿਆਦਾ ਜਿਹੜੀ ਨਾ ਬਣੀ ਆ ਕੋਈ ਨਹੀਂ ਅੱਲਾ ਪਾਕ ਜਿਹੜੇ ਨਾ ਖੈਰ ਕਰੇਗਾ ਅਤੇ ਮੈਂ ਵੀ ਆ ਸਾਫ਼ ਸਫਾਈ ਜਿਹੜੇ ਨਾ ਕਰਨਾ ਫਿਰ ਇਹ ਨਫੇ ਨੁਕਸਾਨ ਤਾਂ ਜਿਹੜੇ ਨਾ ਇਨਸਾਨ ਜ਼ਿੰਦਗੀ ਦੇ ਜਿਹੜੇ ਨਾਲ ਹੀ ਨੇ ਅਤੇ ਹੁਣ ਬੰਦਾ ਟੈਨਸ਼ਨ ਜਿਹੜੀ ਨਾ ਜ਼ਿਆਦਾ ਜਿਹੜੇ ਲੈ ਲਵੇ ਤਾਂ ਆਪਣੀ ਹਾਲਤ ਜਿਹੜੀ ਨਾ ਖਰਾਬ ਕਰੇ ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਨੇ ਚਾਨਸ ਜਿਹੜੇ ਨਾ ਕਾਫੀ ਸਾਰੇ ਜਿਹੜੇ ਆਉਂਦੇ ਰਹਿੰਦੇ ਨੇ ਕੋਈ ਨਹੀਂ ਇਨਸ਼ਾਅੱਲਾ ਪਾਕ ਸਾਨੂੰ ਵੀ ਜਿਹੜੇ ਨਾ ਜਿਹੜੀ ਬੱਚਿਆਂ ਦੀ ਕਿਸਮਤ ਦੀ ਰੋਜ਼ੀ ਉਹ ਜਿਹੜੇ ਨਾ ਦੇਵੇਗਾ ਇਨਸ਼ਾਅੱਲਾ। ਔਰ ਉਹ ਡੋਗ ਨੇ ਜਿਹੜੇ ਨਾ ਅਨਾਰ ਦੇ ਮੁੱਢ ਤੱਕ ਜਿਹੜੇ ਨਾ ਪੱਟ ਕੇ ਰੱਖ ਦਿੱਤਾ। ਚਲੋ ਮੈਂ ਵੀ ਜਿਹੜੇ ਨਾ ਸ਼ਾਮ ਟਾਈਮ ਜਾਂ ਸੁਬਹ ਫਸਟ ਟਾਈਮ ਜਿਹੜੇ ਨਾ ਇਸ ਜਗ੍ਹਾ ਦੀ ਸਾਫ਼ ਸਫਾਈ ਕਰ ਲਵਾਂਗਾ। ਫਿਲਹਾਲ ਤਾਂ ਇਸ ਟਾਈਮ ਜਿਹੜੇ ਨਾ ਮੈਂ ਪਰੇਸ਼ਾਨ ਜਿਹੜੇ ਨਾ ਕਾਫੀ ਸਾਰਾ ਦਿਲ ਨਹੀਂ ਕਰ ਰਿਹਾ ਕੰਮ ਕਰਨ ਲੱਗੋ। ਦੁਪਹਿਰ ਟਾਈਮ ਦੇ ਜਿਹੜੇ ਉਵੇਂ ਚਾਵਲ ਜਿਹੜੇ ਨਾ ਪੱਕੇ ਪੈਣ ਉਹ ਹਾਲੇ ਤੱਕ ਜਿਹੜੇ ਪੈਣ ਉਹ ਗਰਮ ਜਿਹੜੇ ਕਰਵਾਉਂਦੇ ਹਾਂ ਦੁਬਾਰਾ ਦੋ ਚਮਚੀਆਂ ਜਿਹੜੇ ਨਾ ਖਾ ਲੈਂਦੇ ਹਾਂ। ਔਰ ਮੈਂ ਹੁਣ ਉਸੇ ਬੋਲੇ ਜਿਹੜੇ ਨਾ ਇੱਧਰ ਸਾਈਡ ਵੱਲ ਜਿਹੜੇ ਨਾ ਜਾ ਰਿਹਾ ਸੀ ਮੈਂ ਜਿਹੜੇ ਗਾਹ ਜਿਹੜੇ ਨਾ ਇੱਧਰੋਂ ਜਿਹੜੇ ਨਾ ਪੱਟਾਂਗੇ। ਚਲੋ ਕੋਈ ਨਹੀਂ। ਔਰ ਅੱਜ ਮੈਂ ਦੁਪਹਿਰ ਟਾਈਮ ਜਿਹੜਾ ਸੋਚ ਰਿਹਾ ਸੀ ਮੈਂ ਕਿ ਜਿਹੜੇ ਨਾ ਵੀ ਬੱਕਰਿਆਂ ਦੇ ਜਿਹੜੇ ਨਾ ਪੱਠੇ ਜਿਹੜੇ ਨਾ ਉਹ ਬਣਾ ਕੇ ਜਿਹੜੇ ਨਾ ਲੈ ਆਉਂਦੇ ਹਾਂ। ਹਾਂਜੀ ਅਤੇ ਮੈਂ ਵੀ ਬਹਿਰ ਜਿਹੜੇ ਨਾ ਦੁਕਾਨ 'ਤੇ ਆ ਗਿਆ ਔਰ ਅੱਜ ਦਾ ਵਲਾਗ ਵੀ ਕਰ ਰਿਹਾ ਇੱਥੇ ਖਤਮ। ਅਤੇ ਇਨਸ਼ਾਅੱਲਾ ਮਿਲਿਆ ਇੱਕ ਸਨੈਕਸ ਅੱਛੇ ਤੋਂ ਅੱਛੇ ਵਲਾਗ ਦੇ ਵਿੱਚ। ਆਪਣਾ ਡੇਟ ਸਾਰਾ ਖਿਆਲ ਰੱਖਿਆ ਜੇ ਦੁਆਵਾਂ 'ਚ ਯਾਦ ਰੱਖਿਆ ਜੇ ਦੁਆਵਾਂ ਦੇ ਵਿੱਚ ਜਲਦ। ਅੱਲਾ ਹਾਫਿਜ਼।